ਵਜੇਦਾ ਇਹਨਾਂ ਨੇ ਕੇਰਾਂ ਦਾਖਲ ਕਰਕੇ ਹੁਣ ਤੱਕ ਜਾਤ ਨਹੀਂ ਪੁੱਛੀ, ਹੁਣ ਤੜਫਦਾ ਦੀ ਲਵੇ ਖੜੇ ਰਹੇ ਨੇ। ਹੋ ਸਕਦਾ ਇਹਨਾਂ ਨੇ ਟੀਕਾ ਲਾ ਕੇ ਮਾਰਿਆ ਹੋ। ਇਹਨਾਂ ਨੂੰ ਇਨਸਾਫ ਚਾਹੀਦਾ ਹੈ, ਸਾਨੂੰ ਇਨਸਾਫ ਚਾਹੀਦਾ। ਉਹ ਮੈਂ 2 ਮਹੀਨੇ ਹੋਏ ਨੇ ਪੁੱਤ ਵਿਆਹਿਆ ਹੋਵੇ, ਇੰਨੀ ਕੁ ਕੁੜੀ ਹੈ, ਮੈਂ ਕੀ ਹੂੰ ਦਿਖਾਊ ਉਹਨਾਂ ਨੂੰ ਵੀ ਮੇਰਾ ਮੁੰਡਾ ਕਿਵੇਂ ਮਾਰਤਾ। ਉਹ ਮੇਰਾ ਮੁੰਡਾ ਮਾਰਤਾ ਇਹਨਾਂ ਡਾਕਟਰਾਂ ਨੇ ਜਮਾ। ਜੇ ਇਹਨਾਂ ਨੇ ਬਚਾਉਣਾ ਹੁੰਦਾ ਕੱਲ ਹੱਥਣ ਦੇ ਉਰੇ ਆਉਂਦੇ, ਦੇਖਦੇ ਮੁੰਡੇ ਨੂੰ। ਮਹਾਰਾਜ ਮੈਂ ਇਹਨੂੰ ਇਨਸਾਫ ਚਾਹੀਦਾ। ਇਹ ਡਾਕਟਰਾਂ ਨੂੰ ਅੰਦਰ ਹੋਣਾ ਚਾਹੀਦਾ, ਜਿਹੜੇ ਡਾਕਟਰਾਂ ਨੇ ਇਹ ਕੰਮ ਕਰਿਆ। ਇਹਦਾ ਡਾਕਟਰ ਦਾ ਨਾਂ ਦੱਸੋ ਏ ਮੁੰਡਿਓ, ਆ ਕੇ ਉਹ ਮੁੰਡਿਓ ਉਹ ਮੈਨੂੰ ਨਾਂ ਦੱਸੋ ਇਹਦਾ ਡਾਕਟਰ ਦਾ। ਮੈਂ ਇੱਥੇ ਅਪਾਈਆਂ ਨੂੰ ਮੀਡੀਆ ਨੂੰ ਮੈਂ ਮੀਡੀਆ ਨੂੰ ਦੱਸਾਂ, ਮਾਰਤਾ ਮੁੰਡਾ, ਮਾਰਤਾ ਇਹਦਾ ਬੇੜਾ, ਬਹਿ ਗਿਆ ਇਹਨਾਂ ਦਾ, ਬਹਿ ਗਿਆ ਬੇੜਾ ਮੁੰਡਾ, ਮਾਰਤਾ ਇਹਨਾਂ ਨੇ। ਉਹ ਤੁਹਾਡਾ ਬੇੜਾ ਬਹਿ ਜੇ, ਉਹ ਮੈਂ ਤਾਂ ਪਹਿਲੇ ਹੀ ਪੱਟਿਆ ਹੋਇਆ, ਉਹ ਤੁਸੀਂ ਹੋਰ ਪੱਟਤਾ। ਉਹ ਡਾਕਟਰ ਤੁਸੀਂ ਹੋਰ ਪੱਟਤਾ ਮੈਨੂੰ, ਉਹ ਤੁਸੀਂ ਮੈਨੂੰ ਹੋਰ ਪੱਟਤਾ। ਮੇਰਾ ਮੁੰਡੇ ਨੇ ਅੰਦਰ ਨੇ ਮੁੰਡੇ, ਮੈਂ ਤਾਂ ਜੀ ਹੁਣ ਰੋਟੀ ਲੈ ਕੇ ਆਇਆ ਸੀ ਮੁੰਡੇ, ਇੱਕ ਮੇਰਾ ਮੁੰਡਾ ਸੀ, ਇੱਕ ਵਿਹੜੇ ਚੋਂ ਭਤੀਜਾ, ਹੋਰ ਤੇ ਚੰਗਾ ਭਲਾ। ਰਾਤ ਅਸੀਂ 11 ਵਜੇ ਗਿਆ, ਚੰਗਾ ਭਲਾ ਬੋਲਦਾ ਸੀ, ਸਭ ਕੁਝ ਠੀਕ ਸੀ, ਤੜਕੇ ਗੱਲਾਂ ਹੋਈਆਂ ਨੇ ਮੁੰਡੇ ਦੀਆਂ। ਡਾਕਟਰ ਤੁਹਾਡੇ ਪੱਤਾ ਹੀ ਮਰਨ ਹੋਇਆ ਜੇ ਮੈਂ ਸਾਡਾ ਜਾੜਿਆ ਹੋਇਆ ਤੁਸੀਂ ਨੇ ਘਰ ਹੋਏ, ਉਹ ਲੱਖ ਲੱਖ ਰੁਪਇਆ ਲੈ ਕੇ ਹੋਏ ਤੁਸੀਂ ਨੇ ਆ ਕੁਛ ਕਰਦੇ ਹੋਏ, ਉਹ ਲੋਕਾਂ ਦੇ ਪੁੱਤ ਮਾਰਨੇ ਪਏ। ਹਾਂਜੀ ਮੈਮ, ਤੁਹਾਡਾ ਨਾਮ ਜੀ? ਡਾਕਟਰ ਗੁਨਤਾਸ। ਕਿੱਥੇ ਕੰਮ ਕਰਦੇ ਹੋ? ਸਿਵਲ ਹਸਪੀਟਲ ਸੀ ਮੈਮ। ਜਿਹੜਾ ਕੱਲ ਪੇਸ਼ੈਂਟ ਆਇਆ ਡੈਥ ਹੋਈ ਹੈ ਉਹਦੀ ਡਿਟੇਲ ਦੇ। ਡਿਟੇਲ ਤਾਂ ਜੀ RSA ਰੈਫਰ ਕੇਸ ਸੀ ਧੂਰੀ ਤੋਂ, ਰਾਤੀ ਕੱਲ ਸ਼ਾਮ ਦਾ ਐਡਮਿਟ ਹੋਇਆ। ਹਾਂਜੀ, ਕਿਵੇਂ ਪੇਸ਼ੈਂਟ ਨੂੰ ਪ੍ਰੋਬਲਮ ਕੀ ਸੀ ਜਦੋਂ ਤੁਹਾਡੇ ਕੋਲ ਆਇਆ ਤੇ ਡੈਥ ਕਿਵੇਂ ਹੋਈ? ਮੇਰੇ ਕੋਲ ਨਹੀਂ ਆਇਆ ਜੀ ਪੇਸ਼ੈਂਟ, ਮੈਂ ਸਵੇਰ 8 ਵਜੇ ਡਿਊਟੀ 'ਤੇ ਆਈ ਹਾਂ ਸਵੇਰ ਮਾਰਨਿੰਗ। ਆਈ ਰਿਸੀਵਡ ਦਾ ਪੇਸ਼ੈਂਟ ਜਦੋਂ ਪੇਸ਼ੈਂਟ ਦੀ ਟ੍ਰੀਟਮੈਂਟ ਵਗੈਰਾ ਸਾਰਾ ਹੋਇਆ ਹੋਇਆ ਸੀ। ਮੇਰੇ ਕੋਲ ਪੇਸ਼ੈਂਟ ਕਲੈਪਸ ਹੋਇਆ ਸਾਢੇ 9 ਵਜੇ। ਟੈਸਟ ਕਿਹੜੇ ਕਿਹੜੇ ਹੋ ਗਏ ਸੀ ਉਹਨਾਂ ਦੇ ਰਾਤ ਦੇ? MRI ਸਕੈਨ ਜਾਂ ਸਿਟੀ ਸਕੈਨ ਹੋ ਗਈ ਸੀ ਰਾਤ? ਸਿਟੀ ਸਕੈਨ ਹੈੱਡ ਦਾ ਹੋਇਆ ਹੋਇਆ ਸੀ ਜੀ, ਸਿਟੀ ਸਕੈਨ ਉਹਦਾ ਨੋਰਮਲ ਸੀ, ਉਹ ਬਿਲਕੁਲ ਉਹਦੀ ਰਿਪੋਰਟਸ ਮੈਂ ਦੇਖੀਆਂ ਨੇ, ਸਿਟੀ ਸਕੈਨ ਹੈੱਡ ਦਾ ਹੋਇਆ ਹੋਇਆ ਸੀ ਪੇਸ਼ੈਂਟ ਦਾ ਆਲਰੇਡੀ, ਬਾਹਰੋਂ ਕਰਵਾ ਕੇ ਲੈ ਕੇ ਆਏ ਸੀ ਉਹ ਆਪਣੇ ਆਪ। ਮੈਮ ਜਦੋਂ ਤੁਸੀਂ ਕੇਸ ਦੇਖਿਆ ਉਹ ਕੇਸ 'ਚ ਪ੍ਰੋਬਲਮ ਕੀ ਸੀ ਪੇਸ਼ੈਂਟ ਨੂੰ? ਪੇਸ਼ੈਂਟ ਨੂੰ ਜੀ ਅੱਧੀ RSA ਕੇਸ ਸੀ, ਐਕਸੀਡੈਂਟ ਦਾ ਕੇਸ ਸੀ, ਰੈਫਰ ਹੋਇਆ ਹੋਇਆ ਸੀ ਧੂਰੀ 'ਚੋਂ। ਮੈਮ ਅੱਗੇ ਰੈਫਰ ਕਿਉਂ ਨਹੀਂ ਕੀਤਾ ਗਿਆ ਅਗਰ ਇੱਥੇ ਕੋਈ ਸਮੱਸਿਆ ਸੀ? ਜੀ ਆਪਣੇ ਕੋਲ ਆਪਣੀ ਟ੍ਰੀਟਮੈਂਟ ਚੱਲ ਰਿਹਾ ਸੀ ਜੀ, ਜਦ ਤੱਕ ਆਪਣੀ ਕਾਲ ਤੇ ਪੇਸ਼ੈਂਟ ਦੀ ਅਟੈਂਡ ਨਹੀਂ ਹੁੰਦੀ ਉਦੋਂ ਤੱਕ ਮੈਂ ਰੈਫਰ ਨਹੀਂ ਕਰ ਸਕਦੀ। ਅਗਰ ਆਪ ਨਾਰਮਲ ਸੀ ਤਾਂ ਜਦੋਂ ਤੁਸੀਂ ਉਹਨੂੰ ਚੈੱਕਅਪ ਕੀਤਾ ਤਾਂ ਉਹਨੂੰ ਕੀ ਸਮੱਸਿਆ ਸੀ ਦੇ ਨਾਲ? ਮੇਰੇ ਜੀ ਪੇਸ਼ੈਂਟ ਦੇ ਆਪਣੇ ਜਿਹੜੇ ਮੈਂ ਟੈਸਟ ਲਿਖੇ ਸੀ ਉਹ ਪੈਂਡਿੰਗ ਸੀ। ਹਾਂ, ਮੇਰੇ ਵੱਲੋਂ ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀ, ਫਲੂਇਡ ਲੱਗਾ ਹੋਇਆ ਸੀ ਬੋਟਲ ਉਹਦੇ, ਸਾਰਾ ਕੁਝ, ਸਾਰੀ ਟ੍ਰੀਟਮੈਂਟ ਚੱਲ ਰਹੀ ਸੀ ਪੇਸ਼ੈਂਟ ਦੀ। ਉਸ ਸਮੇਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ? ਉਹ ਠੀਕ ਸੀ ਜੀ ਪੇਸ਼ੈਂਟ, ਵਾਈਟਲਸ ਠੀਕ ਸੀਗੇ ਪੇਸ਼ੈਂਟ ਦੇ, ਇੱਕਦਮ ਹੀ ਕਲੈਪਸ ਹੋਇਆ ਪੇਸ਼ੈਂਟ। ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਡੈਥ ਹੋਈ ਹੈ। ਨਹੀਂ ਜੀ ਦੇਖੋ, ਸਾਡਾ ਕੰਮ ਹੈ ਟ੍ਰੀਟਮੈਂਟ ਕਰਨਾ, ਆਪਾਂ ਆਪਣੇ ਵੱਲੋਂ ਟ੍ਰੀਟਮੈਂਟ ਕਰ ਰਹੇ ਸੀ, ਮੇਰੇ ਤਾਂ ਨੋਟਸ ਵੀ ਪਏ ਹੋਏ ਨੇ ਫਾਈਲ 'ਤੇ, ਮੈਂ ਦੇਖਿਆ ਪੇਸ਼ੈਂਟ ਬਸ਼ਰਤੇ ਦੇਖਿਆ, ਮੈਂ ਉਹਦਾ ਸਿਟੀ ਸਕੈਨ ਦੀ ਰਿਪੋਰਟ ਵੀ ਚੈੱਕ ਕੀਤੀ ਹੈ, ਮੈਂ ਉਹਦੀ ਟ੍ਰੀਟਮੈਂਟ ਵੀ ਕਰਵਾਈ ਹੈ, ਪੇਨ ਕਿਲਰਸ ਵੀ ਲੱਗੇ ਆ, ਉਹਦੇ ਬੋਟਲਸ ਵੀ ਲੱਗੇ ਆ, ਹੁਣ ਇੱਕਦਮ ਪੇਸ਼ੈਂਟ ਕਲੈਪਸ ਹੋ ਗਿਆ, ਉਹਨੂੰ ਕੀ ਕਹਿ ਸਕਦੇ ਹਾਂ ਜੀ? ਪਤਾ ਨਹੀਂ ਜੀ, ਇੱਥੇ ਆਉਣ ਤੋਂ ਪਹਿਲਾਂ ਹੀ ਕਰਵਾਇਆ ਹੋਇਆ ਸੀ ਜੀ, ਮੈਂ ਸਵੇਰੇ ਆਈ ਹਾਂ ਡਿਊਟੀ 'ਤੇ, ਮੈਂ ਰਿਪੋਰਟ ਦੇਖੀ ਆਪਣੇ ਕੋਲ ਕਿ ਮੇਰੇ ਕੋਲ ਰਿਪੋਰਟ, ਜਦੋਂ ਮੈਂ ਦੇਖੀ ਹੈ ਕਿ ਸਿਟੀ ਸਕੈਨ ਦੀ ਰਿਪੋਰਟ ਉਹਨਾਂ ਕੋਲ ਨਾਲ ਸੀ ਤੇ ਉਹ ਨਾਰਮਲ ਸੀ, ਉਹ ਪਰ ਬਾਹਰ ਦੀ ਰਿਪੋਰਟ ਕਰਵਾਈ ਹੋਈ ਹੈ ਉਹਨਾਂ ਨੇ। ਇਹ ਸਵੇਰੇ ਸਾਨੂੰ ਪਤਾ ਚੱਲਿਆ 10:30 ਵਜੇ ਕਿ ਗੁਰਪ੍ਰੀਤ ਸਿੰਘ ਹੈ, ਪੁੱਤਰ ਚਰਨ ਸਿੰਘ ਜੀ, ਅਤੇ ਪਿੰਡ ਕੱਕੜਾ ਵਾਲੇ, ਕੱਲ੍ਹ ਸ਼ਾਮ ਨੂੰ ਐਕਸੀਡੈਂਟ ਹੋਇਆ ਸੀਗਾ, ਇੱਥੇ ਐਡਮਿਟ ਹੋਏ ਸੀਗੇ, ਅਤੇ ਅੱਜ ਸਵੇਰੇ ਇਹਨਾਂ ਦੀ 10 ਵਜੇ ਦੇ ਨੇੜੇ ਤੇੜੇ ਡੈਥ ਹੋਈ ਹੈਗੀ। ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਕੋਈ ਇਸ਼ੂ ਹੋਇਆ ਗਾ, ਅਤੇ ਅਸੀਂ ਇਮੀਡੀਏਟਲੀ ਇੱਥੇ ਆਏ ਸੀਗੇ, ਅਤੇ ਹੁਣ ਉਹ ਆ ਗਏ ਨੇਗੇ, ਪੇਰੈਂਟਸ ਨੇ ਜਿਹੜੇ ਡਿਸੀਜ਼ਡ ਦੇ, ਉਹ ਸਟੇਟਮੈਂਟ ਲਿਖ ਰਹੇ ਨੇ ਜਿੱਥੇ ਵਕੂਆ ਹੋਇਆ ਗਾ ਸਦਰ ਧੂਰੀ ਵਾਲੇ 'ਤੇ, ਕੇਸ ਰਜਿਸਟਰ ਕੀਤਾ ਜਾ ਰਿਹਾ।
परिवार वालों इल्जाम डॉक्टरों के उपर लगाए जा रहे हैं वो बारे की ये बारे इन्होंने जोड़ा हैगा एस एम ओ साहब न भी मिले थे सारे तो उन्होंने यही दस्यागा भी इन्हों का डॉक्टर का जोड़ा हैगा कंडक्ट है जोड़ा जो दवाइया दतिया जो कैमरेज ने गे सारा कुछ ये चैक किया जाऊगा तो तुम एक कंप्लेट दे दो इन्होंने देती ही हैगी ऑलरेडी एस एम ओ साहब को जांच चल रही है कल साढ़े को गुरप्रीत सिंह ना का मुंडा रोड साइड एक्सीडेंट धूरी सिविल हस्पताल तो रैफर होकर इतने आए थी तो उन्होंने एमरजेंसी के कल शामी 5 बजे एडमिट किया अचानक वो सवेरे डैथ हो गई है रोड साइड एक्सीडेंट केस से बट वो उस असी 3 डॉक्टर का बोर्ड बना के वह पोस्टमार्टम करवावे रात का दाखला ਤੂਰੀਓਂ ਕਹਿੰਦੇ ਵੀ ਸੰਗਰੂਰ ਲੈ ਜਾਓ ਸਿਟੀ ਕਰਾਉਣ ਖਾਤਰ ਆ ਸਿਰ ਦੀ ਸਕੈਨ ਸਕੂਨ ਜੀ ਕਰਾਉਣੀ ਅਸੀਂ ਸਾਰਾ ਕੁਝ ਕਰਾ ਲੈਂਦਾ ਜੀ ਔਰ ਇਹ ਮੈਨੂੰ ਲੱਗਦਾ 6 ਵਜੇ ਦਾਖਲ ਕਰ ਲਿਆ ਇਹਨਾਂ ਨੇ 13 ਟੀਕੇ ਲਾਏ ਨੇ ਮੁੜ ਕੇ ਸਾਡੇ ਲਵੇ ਕੋਈ ਡਾਕਟਰ ਨਹੀਂ ਆਇਆ ਸਵੇਰ ਦਾ ਮੈਂ 6 ਵਜੇ ਦਾ ਫਿਰਦਾ ਕੋਈ ਡਾਕਟਰ ਕਹਿੰਦਾ ਉਹਦੇ ਲਵੇ ਲੈ ਜਾਓ ਕੋਈ ਕਹਿੰਦਾ ਉਹਦੇ ਲੈ ਜਾ ਲਓ 3 ਤਾਂ ਇਹਨਾਂ ਨੇ ਐਕਸਰੇ ਕਰਤੇ ਜੀ ਦੇਖੋ ਆਹ ਹੁਣ ਐਕਸਰੇ 'ਚ ਕਹਿੰਦੇ ਜੀ ਆਪਰੇਸ਼ਨ ਕਰਾਉਣਾ ਪਊ ਮੋਢਾ ਜ਼ਿਆਦਾ ਟੁੱਟਿਆ ਹੋਇਆ ਠੀਕ ਹੈ ਜੀ ਮੈਂ ਸਿਟੀ ਸਕੈਨ ਕਰਾ ਲਓ ਕੋਈ ਡਾਕਟਰ ਕਹਿੰਦਾ ਪਰਾਂ ਲਈ ਛੱਡ ਲੈ ਜਾਓ ਅਸੀਂ ਇਹਨੂੰ ਇੱਥੇ ਪਾ ਕੇ ਉੱਧਰ ਲੈ ਗਏ ਕੋਈ ਕਹਿੰਦਾ ਜੀ ਪਿੱਛੇ ਲੈ ਜਾਓ ਇੱਕ ਮੈਡਮ ਨੇ ਕਿਹਾ ਕਹਿੰਦੇ ਪੁੱਤ ਅੰਦਰ ਲੈ ਜਾਓ ਉੱਥੇ ਹੋਊਗਾ ਅਸੀਂ ਉਰੇ ਲਿਆਏ ਹਾਂ ਉਹਦੇ ਨੂੰ ਇਹ ਪੂਰਾ ਹੋ ਗਿਆ ਜੀ ਕੋਈ ਡਾਕਟਰ ਸਾਡੇ ਲਈ ਰਾਤ ਦਾ ਨਹੀਂ ਲੱਗਿਆ ਹੁਣ ਮੈਂ ਇੱਕ ਗੱਲ ਕਹਿਣਾ ਵੀ ਜਾਂ ਤਾਂ ਇਹਨਾਂ ਦਾ ਕੁਝ ਹੋ ਜੇ ਆ ਮੁੰਡੇ ਦਾ ਵਿਆਹ ਹੋਏ ਨੂੰ ਜਿਹਨਾਂ ਦੇ 2 ਮਹੀਨੇ ਹੋਏ ਨੇ ਸਿਰਫ ਇਹ ਡਾਕਟਰ ਦਾ ਹੀ ਮੈਂ ਤੁਹਾਨੂੰ ਗੱਲ ਦੱਸਦਾ ਲੱਖ ਲੱਖ ਰੁਪਇਆ ਲੈ ਕੇ ਵੀ ਨਹੀਂ ਕੁਝ ਕਰਦੇ ਕਿ ਰਾਤ ਦਾ ਸਾਡੇ ਲਵੇ ਇੱਕ ਜਾਣਾ ਆਪਣੇ ਕੰਪਿਊਟਰ ਵੀ ਨਹੀਂ ਆਇਆ ਹੈਗਾ ਉਹ ਕੰਪਿਊਟਰ ਵੀ ਨਹੀਂ ਆਇਆ ਹੈਗਾ ਕੰਪਿਊਟਰ ਵੀ ਨਹੀਂ ਆਇਆ ਔਰ ਇਹ ਕੋਈ ਕਵਰ ਉਹਦਾ ਕੋਈ ਉਹੀ ਆ ਜਾਏ ਯਾਰ ਵੀ ਉਹ ਤਾਂ ਆ ਕੇ ਪੁੱਛ ਲੈ ਵੀ ਕੀ ਹੋਇਆ ਇਹਨੂੰ ਦਿਮਾਗ ਖਰਾਬ ਆ ਮੇਰਾ ਭਾਈ ਉਹਨੇ ਉਹਨਾਂ ਨੇ ਤਾਂ ਇਹ ਵੀ ਨਹੀਂ ਪੁੱਛਿਆ ਵੀ ਕੀ ਹੋਇਆਗਾ ਅਸੀਂ ਰਾਤ ਨੂੰ ਉਹਨੂੰ ਕਿਹਾ ਵੀ ਜਾ ਕੇ ਵੀ ਦੇਖ ਆਓ ਕਿਸੇ ਨੇ ਨਹੀਂ ਦੇਖਿਆ ਹੈਗਾ ਅਜੇ ਪੀਛਾ ਭਰਾਈ ਜਾਂਦੇ ਨੇ ਉਰੇ ਲੋਕਾਂ ਦੇ ਪੁੱਤ ਮਾਰਨ ਦੀ ਤਨਖਾਹ ਲੈਂਦੇ ਨੇ ਰਾਤ ਨੂੰ ਕੋਈ ਉੱਥੋਂ ਕੁਰਸੀ ਤੋਂ ਉੱਠ ਕੇ ਰੇ ਉਰੇ ਨਹੀਂ ਆਇਆ ਹੈਗਾ ਰਾਤ ਨੂੰ ਰਾਤ ਦਾ ਕੋਈ ਨਹੀਂ ਆਇਆ ਸਾਡੇ ਲਵੇ ਸਾਡਾ ਮੁੰਡਾ ਮਾਰ ਕੇ ਧਰਤਾ ਕਹਿੰਦੇ ਠੀਕ ਆ ਕੁਝ ਨਹੀਂ ਹੋਇਆ ਹੈਗਾ ਇੱਕ ਵਾਰੀ ਟੀਕਾ ਲਾ ਕੇ ਪਾ ਗਏ ਇਹਨੂੰ ਅਜੀ ਤਾਂ ਮੰਗ ਪ੍ਰਸਾਦ ਇਹੀ ਕਰਦੇ ਆ ਵੀ ਇਹਨਾਂ ਦੀਆਂ ਇਹਨਾਂ ਨੂੰ ਸਜ਼ਾ